ਵਿਜ਼ਿਟਰ ਵੀਜ਼ਾ ਫਰਾਡ ਜੀ ਹਾਂ ਜੇ ਤੁਸੀਂ ਵਿਜ਼ਿਟਰ ਵੀਜ਼ਾ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਐਂਡ ਤੱਕ ਜ਼ਰੂਰ ਵੇਖਣਾ ਇਹ ਵੀਡੀਓ ਕਿਸੇ ਕੰਸਲਟੈਂਟ ਜਾਂ ਕਿਸੇ ਇੰਡੀਵਿਜੂਅਲ ਜਾਂ ਕੰਪਨੀ ਦੇ ਅਗੇਂਸਟ ਨਹੀਂ ਹੈ ਇੱਕ ਅਵੇਅਰਨੈਸ ਵੀਡੀਓ ਹੈ ਮੈਂ ਤੁਹਾਡੇ ਨਾਲ ਆਪਣਾ ਪਰਸਨਲ ਇਮੀਗ੍ਰੇਸ਼ਨ ਦਾ ਜੋ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਨਾ ਰੋਜ਼ ਮਰਰਾਜ ਮੈਂ ਦੇਖ ਰਿਹਾ ਹਾਂ ਅੱਜਕੱਲ ਬਹੁਤ ਸਾਰੇ ਜਿਹੜੇ ਲੋਕ ਮੇਰੇ ਕੋਲ ਆ ਰਹੇ ਆ ਕੰਸਲਟੈਂਸੀ ਵਾਸਤੇ ਵਿਜ਼ਿਟਰ ਵੀਜ਼ਾ ਕੈਨੇਡਾ ਸਪੈਸੀਫਿਕਲੀ ਮਾਰਕੀਟਸ ਕੀ ਹੋ ਰਿਹਾ ਹੈ ਬਹੁਤ ਸਾਰੇ ਕੰਸਲਟੈਂਟਸ ਅਗਰ ਕੋਈ ਫਾਈਲ एलिजिਬਲ ਨਹੀਂ ਵੀ ਉਸਦੇ ਵੀ ਚਾਰਜ ਲੈ ਰਹੇ ਨੇ ਉਸ ਦਾ ਵੀਜ਼ਾ ਅਪਲਾਈ ਕਰ ਰਹੇ ਨੇ ਰਿਜ਼ਲਟ ਕੀ ਹੁੰਦਾ ਤੁਹਾਡੀ ਫਾਈਲ ਖਰਾਬ ਹੋ ਜਾਂਦੀ ਹੈ ਫਿਊਚਰ ਦੇ ਵਿੱਚ ਤੁਸੀਂ ਅਪਲਾਈ ਕਰਨ ਦੇ ਕਾਬਿਲ ਨਹੀਂ ਰਹਿੰਦੇ ਕੈਨੇਡਾ ਗਵਰਨਮੈਂਟ ਜਾਂ ਤਾਂ ਤੁਹਾਡੇ ਫਾਈਲ ਦੇ ਵਿੱਚ ਰਿਫਿਊਜ਼ਲ ਲਗਾ ਦਿੰਦੀ ਹੈ ਕਿ ਯੂ ਹੈਵ ਮਿਸ ਰਿਪਰੈਜ਼ੈਂਟ ਦ ਐਮਬੈਸੀ ਯੂ ਹੈਵ ਮਿਸ ਰਿਪਰੈਜ਼ੈਂਟ ਦ ਡਾਕੂਮੈਂਟਸ ਐਸੀ ਇਨਫੋਰਮੇਸ਼ਨ ਲਗਾਈਗੀ ਜੋ ਕਿ ਫਰਾਡੋਲੈਂਟ ਸੀ ਜਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਦਿਖਾਈਆਂ ਜੋ ਐਕਚੁਅਲ 'ਚ ਨਹੀਂ ਸੀ ਇੱਕ ਕਲਾਇੰਟ ਮੇਰੇ ਕੋਲ ਆਇਆ ਜਿਸ ਨੇ ਜਲੰਧਰ ਤੋਂ ਫਾਈਲ ਲਗਾਈ ਸੀ ਉੱਥੇ ਉਸਨੇ 95000 ਪਲੱਸ ਜੀਐਸਟੀ ਉਸ ਕੰਸਲਟੈਂਸੀ ਨੂੰ ਦਿੱਤਾ ਵਿਜ਼ਟਰ ਵੀਜ਼ਾ ਕੈਨੇਡਾ ਵਾਸਤੇ ਆਫਟਰ ਵੀਜ਼ਾ 15 ਲੱਖ ਚ ਕੰਟੈਕਟ ਹੋਇਆ ਕੰਸਲਟੈਂਸੀ ਨੇ ਬਹੁਤ ਉਸ ਨੂੰ ਭਰੋਸੇ ਵਾਦੇ ਦਿੱਤੇ ਕਿ ਤੁਹਾਡਾ ਤਾਂ ਸ਼ੋਰ ਸ਼ੋਰ ਵੀਜ਼ਾ ਹੈ ਜੀ 95000 1 ਲੱਖ ਦੇ ਕਰੀਬ ਅਸੀਂ ਹੁਣ ਚਾਰਜ ਕਰਾਂਗੇ 15 ਲੱਖ ਆਫਟਰ ਵੀਜ਼ਾ ਅਸੀਂ ਚਾਰਜ ਕਰਾਂਗੇ ਸਾਰੀਆਂ ਚੀਜ਼ਾਂ ਹੋਈਆਂ ਨਾ ਉਸਕੋ ਲ ਐਜੂਕੇਸ਼ਨ ਸੀ ਨਾ ਉਸਕੋ ਲ ਐਕਸਪੀਰੀਅੰਸ ਸੀ ਰੀਅਲ ਟਾਈਮ ਉਸਦੀ ਐਜੂਕੇਸ਼ਨ ਫੇਕ ਬਣਾਈ ਜਾਂਦੀ ਹੈ ਉਸਦਾ ਐਕਸਪੀਰੀਅੰਸ ਫੇਕ ਜਨਰੇਟ ਕੀਤਾ ਜਾਂਦਾ ਹੈ ਆਈਟੀਆਰਸ ਰੋਂਗ ਫਿਲ ਕੀਤੀਆਂ ਜਾਂਦੀਆਂ ਹਨ ਗਲਤ ਬਿਜ਼ਨਸ ਦਿਖਾਇਆ ਜਾਂਦਾ ਜੋ ਕਿ ਉਸਦਾ ਨਹੀਂ ਸੀ ਐਂਡ ਰਿਜ਼ਲਟ ਕੀ ਹੋਇਆ ਇਨਕੁਆਇਰੀ ਹੋ ਜਾਂਦੀ ਹੈ ਬੈਂਕ ਅਕਾਊਂਟਸ ਦਿਖਾਏ ਜਾਂਦੇ ਨੇ ਫੇਕ ਅਕਾਊਂਟਸ ਦਿਖਾਏ ਗਏ ਬੈਂਕਸ ਦੇ ਵਿੱਚ ਮਨੀ ਜਿਹੜੀ ਸ਼ੋ ਮਨੀ ਕਹਿੰਦੇ ਆ ਸ਼ੋ ਮਨੀ ਦੇ ਨਾਮ ਤੇ ਕਿਸੇ ਹੋਰ ਦਾ ਅਕਾਊਂਟ ਸੀ ਨਾਮ ਮੈਚ ਕਰ ਦਿੱਤੇ ਫਾਦਰਜ਼ ਨਾਮ ਉਹਦਾ ਆਪ ਦਾ ਨਾਮ ਮੈਚ ਕਰਕੇ ਉਹ ਕਾਊਂਟ ਦਿਖਾ ਦਿੱਤਾ ਗਿਆ ਐਂਡ ਰਿਜ਼ਲਟ ਰਿਫਿਊਜ਼ਲ ਪਲੱਸ ਬੈਨ ਔਨ ਦਾ ਫਾਈਲ ਕੀ ਹੋਇਆ ਉਸ ਦਾ 95000 ਤਾਂ ਜਾਣੇ ਹੀ ਜਾਣਾ ਸੀ ਉਸ ਦੀ ਫਾਈਲ ਵੀ ਖਰਾਬ ਹੋ ਗਈ ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਅਗਰ ਤੁਸੀਂ ਕੈਨੇਡਾ ਵਿਜ਼ਟਰ ਵੀਜ਼ਾ ਲਗਾਉਣਾ ਚਾਹਦੇ ਹੋ ਪਹਿਲਾਂ ਛਾਨਬੀਨ ਕਰੋ ਕਿ ਤੁਸੀਂ ਐਲੀਜੀਬਲ ਹੋ ਵੀ ਜਾਂ ਨਹੀਂ ਵੀ ਬਹੁਤ ਸਾਰੇ ਲੋਕ ਸਿਰਫ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਆ ਦੇਖੋ ਅਗਰ ਇੰਨੇ ਈਜ਼ੀ ਵੇ ਨਾਲ ਕੈਨੇਡਾ ਜਾਇਆ ਜਾ ਸਕਦਾ ਈਜ਼ੀ ਵੀਜ਼ਾ ਲੱਗ ਸਕਦਾ ਸਾਰਾ ਪੰਜਾਬ ਹੀ ਕੈਨੇਡਾ ਬੈਠਾ ਹੋਣਾ ਸੀ ਸੋ ਮੇਕ ਸ਼ੋਰ ਕਿਸੇ ਵੀ ਏਜੰਟਸ ਜਾਂ ਕੰਪਨੀ ਦੇ ਬੇਕਾਬ ਵਿੱਚ ਨਾ ਆਓ ਜੋ ਤੁਹਾਨੂੰ ਕਹਿੰਦੇ ਨੇ ਜੀ 95000 ਸਾਨੂੰ ਪਹਿਲਾਂ ਦਿਓ 90000 ਦਿਓ 60000 ਦਿਓ ਔਰ ਤੁਹਾਡਾ ਵੀਜ਼ਾ ਸ਼ੋਰ ਸ਼ੋਟ ਹੈ ਵੀਜ਼ਾ ਦੀ ਕਦੀ ਵੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਜਿੰਨੀ ਮਰਜੀ ਤੁਹਾਡੀ ਫਾਈਲ ਸਟਰੋਂਗ ਹੋਵੇ ਅਸੀਂ ਤਾਂ ਬਿਲਕੁਲ ਗਾਰੰਟੀ ਨਹੀਂ ਲੈਂਦੇ ਬਿਕੋਜ਼ ਵੀਜ਼ਾ ਵੀਜ਼ਾ ਆਫੀਸਰ ਦੇ ਹੱਥ ਵਿੱਚ ਹੁੰਦਾ ਹੈ ਅਸੀਂ ਇਸ ਨੂੰ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੇ ਹਾਂ ਵੀਜ਼ਾ ਦੀ ਗਾਰੰਟੀ ਅਗਰ ਕੋਈ ਦੇ ਰਿਹਾ ਹੈ ਤਾਂ ਸਮਝ ਲਓ ਕਿ ਗੜਬੜ ਹੈ ਮੇਕ ਸ਼ੋਰ ਆਪਣੇ ਡਾਕੂਮੈਂਟਸ ਨੂੰ ਕਿਸੇ ਅੱਛੇ ਕੰਸਲਟੈਂਟ ਤੋਂ ਅਸੈਸ ਕਰਵਾਓ ਇੱਕ ਤੋਂ ਨਹੀਂ ਪੰਜ ਤੋਂ ਕਰਵਾਓ ਪੰਜ ਤੋਂ ਨਹੀਂ 10 ਕਰਵਾਓ ਡੂ ਇੰਟੈਂਸਿਵ ਰਿਸਰਚ ਪੰਜਾਬ ਸਭ ਤੋਂ ਵੱਡੀ ਪ੍ਰੋਬਲਮ ਇਹ ਹੋ ਰਹੀ ਹੈ ਅਸੀਂ ਸਾਰੇ ਕੈਨੇਡਾ ਜਾਣਾ ਚਾਹੁੰਦੇ ਆਂ ਔਰ ਈਜ਼ੀ ਵੇ ਨਾਲ ਜਾਣਾ ਚਾਹੁੰਦੇ ਆਂ ਈਜ਼ੀ ਵੀਜ਼ਾ ਲੈ ਕੇ ਜਾਣਾ ਚਾਹੁੰਦੇ ਆਂ ਥੇਰ ਇਜ਼ ਨੋ ਈਜ਼ੀ ਵੇ ਥੇਰ ਇਜ਼ ਨੋ ਈਜ਼ੀ ਵੀਜ਼ਾ ਬਹੁਤ ਸਾਰੀ ਕੰਸਲਟੈਂਸੀਜ਼ ਨੇ ਆਪਣੇ ਨਾਮ ਹੀ ਐਸੇ ਰੱਖੇ ਹੋਏ ਆ ਕਿ ਜਾਣ ਵਾਲੇ ਨੂੰ ਜਾਂ ਆਪਣਾ ਇੰਡੀਵਿਜੂਅਲਸ ਨੂੰ ਇਹ ਲੱਗਦਾ ਕਿ ਮੇਰਾ ਤਾਂ ਵੀਜ਼ਾ ਬੱਟ ਤੇ ਪਿਆ ਹੈ ਇਸ ਤੋਂ ਇਲਾਵਾ ਕੰਸਲਟੈਂਟਸ ਨੇ ਉੱਥੇ ਇਸ ਤਰ੍ਹਾਂ ਦੇ ਅੱਗੇ ਫਰਦਰ ਕੰਸਲਟੈਂਟਸ ਹਾਇਰ ਕੀਤੇ ਹੁੰਦੇ ਨੇ ਫੀਮੇਲ ਕੰਸਲਟੈਂਟਸ ਜਿਹੜੀ ਫੋਨ ਕਰ ਕਰਕੇ ਤੁਹਾਨੂੰ ਕਨਵਿੰਸ ਕਰ ਦਿੰਦੇ ਕਿ ਤੁਹਾਡਾ ਤਾਂ ਵੀਜ਼ਾ ਆਇਆ ਲੋ ਫਿਰ ਤੁਹਾਡੇ ਤੋਂ ਡਿਸਕਲੋਜ਼ਰ ਤੇ ਸਾਈਨ ਕਰਵਾ ਲਿੱਤਾ ਜਾਂਦਾ ਹੈ ਕਿ ਦਿਸ ਮਨੀ ਇਜ਼ ਨਾਨ ਰਿਫੰਡੇਬਲ ਸੋ ਅਗਰ ਤੁਸੀਂ ਇੱਕ ਸੋਚ ਕੇ ਦੇਖੋ ਤੁਸੀਂ ਮੰਨ ਲਓ 50000 ਇੱਕ ਕੰਸਲਟੈਂਟ ਨੂੰ ਦੇ ਰਹੇ ਹੋ ਨਾਨ ਰਿਫੰਡੇਬਲ ਤੁਹਾਡੀ ਫਾਈਲ ਐਲੀਜੀਬਲ ਨਹੀਂ ਹੈ ਤੁਹਾਡੇ ਵਰਗੇ ਅਗਰ 100 ਇੰਡੀਵਿਜੁਅਲਸ ਉਸ ਕੰਸਲਟੈਂਟ ਕੋਲ ਜਾਂਦੇ ਨੇ ਤਾਂ 50 ਲੱਖ ਇਕੱਠਾ ਹੋ ਜਾਂਦਾ ਹੈ ਚਾਹੇ ਤੁਹਾਡਾ ਵੀਜ਼ਾ ਆਵੇ ਨਾ ਆਵੇ ਉਸ ਕੰਪਨੀ ਨੂੰ 50 ਲੱਖ ਦਾ ਪ੍ਰੋਫਿਟ ਹੋ ਗਿਆ ਸੋ ਮੇਕ ਸ਼ੋਰ ਅਗਰ ਕੈਨੇਡਾ ਵਿਜ਼ਿਟਰ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਫਰਾਡਸ ਤੋਂ ਬਚੋ ਬਹੁਤ ਸਾਰੀਆਂ ਕਾਲਜ਼ ਆਉਂਦੀਆਂ ਹਨ ਜਲੰਧਰ ਮੋਹਾਲੀ ਚੰਡੀਗੜ੍ਹ ਲੁਧਿਆਣਾ ਕਿ ਤੁਹਾਡਾ ਵੀਜ਼ਾ ਲਗਵਾ ਦਾਂਗੇ ਜੀ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੈ ਅੱਜ ਹੀ ਅਪਲਾਈ ਕਰੋ 15 ਦਿਨ ਚ ਆ ਜਾਏਗਾ ਇਹ ਸਭ ਚੀਜ਼ਾਂ ਤੁਹਾਨੂੰ ਫਸਾਣ ਦੇ Trap ਨੇ ਕਿਸੇ ਅੱਛੇ ਕੰਸਲਟੈਂਟ ਕੋਲ ਜਾਓ ਜਿਨ੍ਹਾਂ ਦੀ ਵੀਜ਼ਾ ਹਿਸਟਰੀ ਅੱਛੀ ਹੋਵੇ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਡਬਲ ਟੈਸਟ ਕਰੋ ਹੋਰ ਕੰਸਲਟੈਂਟ ਕੋਲ ਜਾਓ ਫਿਰ ਕਿਸੇ ਹੋਰ ਕੰਸਲਟੈਂਟ ਕੋਲ ਜਾਓ ਡੂ ਇੰਟੈਂਸਿਵ ਰਿਸਰਚ ਰੀਡ ਕਰੋ ਕੈਨੇਡਾ ਦੀ cic.gc ਵੈਬਸਾਈਟ ਤੇ ਜਾਓ ਵਿਜ਼ਿਟਰ ਵੀਜ਼ਾ ਦੇ ਰਿਗਾਰਡਿੰਗ ਤੁਸੀਂ ਉੱਥੇ ਰੂਲਸ ਰੈਗੂਲੇਸ਼ਨਸ ਪੜੋ ਜ਼ਿਆਦਾਤਰ ਜਿਹੜੀ ਵਿਜ਼ਟਰ ਵੀਜ਼ਾ ਦੀ ਰੇਸ਼ਿਓ ਦੇਖੀ ਗਈ ਹੈ ਉਹਨਾਂ ਦੀ ਹੁੰਦੀ ਨੇ ਜਿਨ੍ਹਾਂ ਦੇ ਬਲੱਡ ਰਿਲੇਟਿਵ ਕੈਨੇਡਾ ਦੇ ਵਿੱਚ ਨੇ ਬਲੱਡ ਰਿਲੇਟਿਵ ਤੋਂ ਭਾਵ ਮਦਰ ਫਾਦਰ ਹਸਬੈਂਡ ਵਾਈਫ ਸਪਾਊਸ ਚਿਲड्रन ਥੈਟਸ ਇਟ ਅਗਰ ਤੁਸੀਂ ਕਜ਼ਨ ਤੋਂ ਮੰਗਵਾ ਰਹੇ ਹੋ ਕਿਸੇ ਫਰੈਂਡ ਤੋਂ ਸਪான்ਸਰ ਮੰਗਵਾ ਰਹੇ ਹੋ ਮੈਂ ਨਹੀਂ ਕਹਿੰਦਾ ਨਹੀਂ ਲੱਗਦਾ ਬਟ ਉਹਦਾ ਸਕਸੈਸ ਰੇਸ਼ਿਓ ਉਹਨਾਂ ਨਹੀਂ ਜਿਨ੍ਹਾਂ ਤੁਹਾਡੇ ਬਲੱਡ ਰਿਲੇਟਿਵ ਤਾਂ ਸੈਕਿੰਡ ਫੰਡਸ ਜਿਹੜੀ ਹੋਣੇ ਚਾਹੀਦੇ ਨੇ ਤੁਹਾਡੇ ਫੰਡ ਸ਼ੁਡ ਬੀ ਜੈਨੂਅਲ ਅਗਰ ਤੁਸੀਂ ਇੱਕਦਮ 5 7 10 ਲੱਖ ਕੈਸ਼ ਪਵਾਤਾ ਬੈਂਕ ਦੇ ਵਿੱਚ ਔਰ ਤੁਸੀਂ ਮੰਨ ਲਓ ਕਿਸੇ ਤੋਂ ਟ੍ਰਾਂਸਫਰ ਕਰਵਾ ਰਹੇ ਹੋ ਵੱਡੀ ਅਮਾਉਂਟ ਉਹ ਇੰਡੀਕੇਟ ਕਰਦੀ ਹੈ ਕਿ ਤੁਸੀਂ ਸਿਰਫ ਵੀਜ਼ਾ ਲੈਣ ਵਾਸਤੇ ਟ੍ਰਾਂਸਫਰ ਕੀਤਾ ਸੋ ਮੇਕ ਸ਼ੋਰ ਅਗਰ ਤੁਸੀਂ ਆਪਣੀ ਹਿਸਟਰੀ ਬਣਾਉਣਾ ਚਾਹੁੰਦੇ ਹੋ ਬਹੁਤ ਅੱਛੀ ਕੈਨੇਡਾ ਵੀਜ਼ਾ ਵਾਸਤੇ ਤੁਹਾਨੂੰ ਐਟਲੀਸਟ 6 ਤੋਂ 7 ਮਹੀਨੇ ਗੈਪ ਦੇ ਵਿੱਚ ਪ੍ਰਿਪੇਅਰ ਕਰਨੀ ਪੈਂਦੀ ਹੈ ਸਟੋਰੀ ਹੁਣ আজকাল ਜਿਹੜੇ ਸ਼ੋਰ ਸ਼ੂਟ ਵੀਜ਼ਾ ਬਹੁਤ ਸਾਰੇ ਕੰਸਲਟੈਂਟ ਕਹ ਰਹੇ ਜੀ 87 ਲੱਖ ਲੈਣੇ 20 ਲੱਖ ਲੈਣੇ 25 ਲੱਖ ਲੈਣੇ ਆ ਉਹਨਾਂ ਦੀ ਕੋਈ ਅੰਬੈਸੀ ਚ ਸੈਟਿੰਗ ਨਹੀਂ ਹੁੰਦੀ ਕਿਸੇ ਦਾ ਵੀ ਇੰਨੀ ਪਹੁੰਚ ਨਹੀਂ ਹੈ ਕਿ ਅੰਬੈਸੀ ਜਾ ਕੇ ਤੁਹਾਡਾ ਵੀਜ਼ਾ ਲਗਵਾ ਪਾਵੇ ਇਹ ਸਭ ਮਿਸ ਰਿਪਰੈਜ਼ੈਂਟੇਸ਼ਨਸ ਨੇ ਉਹ ਬੇਸਿਕਲੀ ਕੀ ਕਰਦੇ ਆ 6-7 ਮਹੀਨੇ ਚ ਤੁਹਾਡੀ ਪ੍ਰੋਫਾਈਲ ਨੂੰ ਮਿਸ ਰਿਪਰੈਜ਼ੈਂਟ ਤਰੀਕੇ ਨਾਲ ਇੰਨੀ ਸਟਰੋਂਗ ਕਰ ਦਿੰਦੇ ਕਿ ਉਹਦਾ ਵੀਜ਼ਾ ਲੱਗਣਾ ਐਕਸਪੈਕਟਿਡ ਹੋ ਜਾਂਦਾ ਬਟ ਆਂਦਾ ਨਹੀਂ ਹੈ ਉਹ ਮੇਕਅਪ ਕਰਦੇ ਨੇ ਮੇਕਅਪ ਦਾ ਹੁਣ ਸੋਚੋ ਤੁਹਾਡੇ ਤੋਂ 18 20 25 ਲੱਖ ਲਿੱਤਾ ਜਾਂਦਾ ਹੈ that is not fair ਕਿਸੇ ਅੱਛੇ ਕੰਸਲਟੈਂਟ ਕੋਲ ਜਾਓਗੇ ਤੁਹਾਡੇ ਤੋਂ ਰਾਈਟ ਚਾਰਜ ਕਰਨਗੇ ਫਾਈਲ ਲੱਗਣਯੋਗ ਹੋਏਗੀ ਲੱਗੇਗੀ ਨਹੀਂ ਤਾਂ ਨਹੀਂ ਲਗਾਣਗੇ ਸੋ ਫੰਡਸ ਦੀ ਪ੍ਰੈਪਰੇਸ਼ਨ 6 ਮਹੀਨੇ ਤੋਂ ਸ਼ੁਰੂ ਹੁੰਦੀ ਹੈ ਤੁਸੀਂ ਸਾਡੇ ਟੀਮ ਤੋਂ ਕਿਸੇ ਤੋਂ ਵੀ ਆਕੇ ਪੰਜਾਬੀ ਔਰ ਇੰਗਲਿਸ਼ ਤੇ ਪੁੱਛ ਸਕਦੇ ਹੋ ਕਿਸ ਤਰ੍ਹਾਂ ਪ੍ਰੈਪਰੇਸ਼ਨ ਕਰੀਏ ਤੀਸਰੀ ਜਿਹੜੀ ਚੀਜ਼ ਹੈ ਕਾਲਸ ਆndੀਆਂ ਨੇ ਜੀ ਬਹੁਤ ਸਾਰੀਆਂ ਅਲੱਗ-ਅਲੱਗ ਲੜਕੀਆਂ ਜਾਂ ਕਾਲਰਸ ਕੰਟੈਕਟ ਕਰਦੀਆਂ ਜੀ ਆ ਵੀਜ਼ਾ ਲਗਵਾ ਲਓ ਵੀਜ਼ਾ ਇੰਨਾ ਸਸਤਾ ਔਰ ਇੰਨਾ ਈਜ਼ੀ ਨਹੀਂ ਹੈ ਕਿ ਜਿਹੜਾ ਤੁਹਾਡਾ ਹਰ ਕਿਸੇ ਦਾ ਲੱਗ ਜਾਵੇ ਅਗਰ ਲੱਗਦਾ ਹੋਵੇ ਤਾਂ ਸਾਰਾ ਪੰਜਾਬ ਹੀ ਕੈਨੇਡਾ ਬੈਠਾ ਹੋਵੇ ਫੋਰਥ ਕਦੀ ਵੀ ਐਮਬੈਸੀ ਨੂੰ ਮਿਸ ਰਿਪਰੈਜ਼ੈਂਟ ਨਾ ਕਰੋ ਅਗਰ ਤੁਸੀਂ ਆਈਟੀਆਰ ਨਹੀਂ ਭਰੀ ਕਿਸੇ ਕੰਪਨੀ ਦੀ ਜਾਂ ਕਿਸੇ ਸੈਲਰੀ ਦੀ ਤਾਂ ਗਲਤ ਰਿਪਰੈਜ਼ੈਂਟ ਨਾ ਕਰੋ ਗਲਤ ਫੰਡਸ ਨਾ ਦਿਖਾਓ ਗਲਤ ਰਿਲੇਸ਼ਨ ਨਾ ਜਸਟੀਫਾਈ ਕਰੋ ਰੋਂਗ ਡਿਗਰੀਜ਼ ਨਾ ਬਣਵਾਓ ਜਿਹਦੇ ਨਾਲ ਕੀ ਤੁਸੀਂ ਅੱਗੇ ਫਸ ਜਾਓ ਕਿਉਂਕਿ ਐਮਬੈਸੀ ਦੇ ਵਿੱਚ ਸਾਰਾ ਰਿਕਾਰਡਸ ਹੁੰਦੇ ਨੇ ਜਦੋਂ ਤੁਹਾਡਾ ਪਾਸਪੋਰਟ ਨੰਬਰ ਭਰ ਦਿੱਤਾ ਐਂਟਾਇਰ ਇਨਫੋਰਮੇਸ਼ਨ ਵਿਲ ਬੀ देयर ਐਟ ਫਰੰਟ ਆਫ ਐਮਬੈਸੀ ਆਫੀਸਰ ਵੀਜ਼ਾ ਆਫੀਸਰ ਤੁਸੀਂ ਮਿਸ ਰਿਪਰੈਜ਼ੈਂਟ ਕਰੋਗੇ ਅਲਟੀਮੇਟਲੀ ਉਹਨਾਂ ਨੂੰ ਪਤਾ ਲੱਗ ਜਾਏਗਾ ਵੀਜ਼ਾ ਰਿਫਿਊਜ਼ ਪਲੱਸ ਬਲੌਕ ਉਹ ਫਲੈਗ ਲਗਾ ਦਿੰਦੇ ਆ ਉਥੇ ਫਲੈਗ ਕ੍ਰੀਏਟ ਕਰ ਦਿੰਦੇ ਕਿ ਤੁਸੀਂ ਆਹ ਵਾਲੀ ਮਿਸ ਰਿਪਰੈਜ਼ੈਂਟ ਕੀਤੀ ਤੁਸੀਂ ਆਹ ਝੂਠ ਬੋਲਿਆ ਤੁਸੀਂ ਆਹ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਕੰਟਰੀ ਵਿੱਚ ਵੀ ਨਹੀਂ ਅਪਲਾਈ ਕਰ ਸਕਦੇ ਔਰ ਦਿੱਕਤਾਂ ਜ਼ਰੂਰ ਆਣਗੀਆਂ ਸੋ ਇਦਾਂ ਹੀ ਬਹੁਤ ਸਾਰੇ ਮਿਸ ਰਿਪਰੈਜ਼ੈਂਟੇਸ਼ਨਸ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਰਿਗਾਰਡਿੰਗ ਵਿਜ਼ਟਰ ਵੀਜ਼ਾ ਕਿਸੇ ਦਾ ਕਜ਼ਨ ਹੈ ਕੋਈ ਹੌਲੀਡੇ ਵਾਸਤੇ ਜਾ ਰਿਹਾ ਹੁਣ ਮੇਰੇ ਕੋ ਲਾਸਟ ਵੀਕ ਇੱਕ ਸੱਜਣ ਆਏ ਜਿਨ੍ਹਾਂ ਨੇ ਜੀ ਕੈਨੇਡਾ ਤਿੰਨ ਵਾਰ ਤਿੰਨ ਵਾਰ ਅਪਲਾਈ ਕੀਤਾ ਹੋਇਆ ਸੀਗਾ ਔਰ ਤਿੰਨੇ ਵਾਰ ਰਿਫਿਊਜ਼ਲ ਸੀ ਅਲੱਗ-ਅਲੱਗ ਕੰਸਲਟੈਂਟਸ ਨੇ ਉਹਨਾਂ ਦਾ ਟ੍ਰਿਪ ਪਲਾਨ ਕੀਤਾ ਦੇਖੋ ਟ੍ਰਿਪ ਟ੍ਰਪ ਤੇ ਵੀਜ਼ਾਸ ਨਹੀਂ ਆਉਂਦੇ 100 ਚੋਂ 5 ਵੀਜ਼ਾ ਆ ਜਾਂਦੇ ਨੇ 4 ਵੀਜ਼ਾ ਆ ਜਾਂਦੇ ਨੇ ਬਹੁਤ ਸਟਰੋਂਗ ਪ੍ਰੋਫਾਈਲ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਟ੍ਰਿਪ ਤੇ ਆ ਗਿਆ ਅਗਰ ਇਦਾਂ ਟ੍ਰਿਪ ਤੇ ਆਣ ਲੱਗ ਜਾਵੇ ਤਾਂ ਆਈ ਗੈਸ ਸਾਰੇ ਕੈਨੇਡਾ ਬੈਠੇ ਹੋਣ ਸੋ ਇਦਾਂ ਹੀ ਟ੍ਰਿਪ ਉਹਨਾਂ ਨੇ ਆਰਗੇਨਾਈਜ਼ ਕੀਤਾ ਆਪਣੀਆਂ ਟਿਕਟਾਂ ਵੀ ਵੇਚੀਆਂ ਆਪਣਾ ਟ੍ਰਿਪ ਵੀ ਵੇਚਿਆ ਆਪਣੇ ਹੋਟੈਲਸ ਵੀ ਡੰਮੀ ਟਿਕਟ ਸੀਗੇ 2-3 ਹਜ਼ਾਰ ਚ ਮਿਲ ਜਾਂਦੀ ਹੈ 50-60 ਹਜ਼ਾਰ ਚ ਉਹਨਾਂ ਨੂੰ ਉਹ ਦੇ ਦਿੱਤਾ ਆਪਣੀ 50-60 ਹਜ਼ਾਰ ਫੀਸ ਲੈ ਲਿੱਤੀ ਸਵਾ ਲੱਖ ਡੇਢ ਲੱਖ ਦਾ ਉਹਨਾਂ ਦਾ ਖਰਚਾ ਕਰਵਾਉਣ ਤੋਂ ਬਾਅਦ ਵੀ ਉਹਨਾਂ ਦਾ ਰਿਫਿਊਜ਼ਲ ਆ ਗਿਆ ਮੇਰੇ ਕੋਲ ਆਏ ਮੈਂ ਚੈੱਕ ਕੀਤਾ ਨਾ ਤਾਂ ਫਾਈਨੈਂਸ਼ੀਅਲ ਅਬਿਲਿਟੀ ਸੀ ਉਹਨਾਂ ਦੀ ਵੀਜ਼ਾ ਅਪਲਾਈ ਕਰਨ ਦੀ ਨਾ ਹੀ ਉਹ ਕਰ ਸਕਦੇ ਸੀ ਜਿਹੜੇ ਡਾਕੂਮੈਂਟਸ ਦਿਖਾਏ ਉਹਨਾਂ ਦੇ ਫਰਾਡਰੈਂਟਰੀ ਡਾਕੂਮੈਂਟਸ ਦਿਖਾਏ ਉਸ ਕੰਸਲਟੈਂਟ ਨੇ ਐਂਡ ਰਿਜ਼ਲਟ ਮੈਂ ਇਹ ਕੱਢਿਆ ਕਿ ਉਹ ਅਪਲਾਈ ਕਰਨ ਦੇ ਯੋਗ ਨਹੀਂ ਸੀ ਕੈਂਡੀਡੇਟ ਜਿਹਦਾ ਅਪਲਾਈ ਕੀਤਾ ਗਿਆ ਉਸ ਨੂੰ ਫਿਰ ਮੈਂ ਐਜੂਕੇਟ ਕੀਤਾ ਉਹ ਇਹ ਚੀਜ਼ਾਂ ਵੱਲ ਉਸਨੇ ਗੌਰ ਕੀਤੀ ਤੇ ਮੰਨਿਆ ਕਿ ਵਾਕਈ ਮੇਰੀ ਫਾਈਲ एलिਜੀਬਲ ਨਹੀਂ ਸੀ ਕੈਨੇਡਾ ਵਾਸਤੇ ਔਰ ਜਾਣ ਕੇ ਪੈਸੇ ਬਣਾਉਂਦੇ ਚੱਕਰ ਦੇ ਵਿੱਚ ਉਹ ਅਪਲਾਈ ਕੀਤੀ ਗਈ ਸੋ ਮੈਂ ਸਾਰੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕੈਨੇਡਾ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ ਸਹੀ ਤਰੀਕੇ ਨਾਲ ਜਾਓ ਸਹੀ ਕਨਸਲਟੈਂਟ ਨੂੰ ਮਿਲੋ ਖੁਦ ਰਿਸਰਚ ਕਰੋ ਸਿਰਫ ਕਨਸਲਟੈਂਟ ਤੇ ਨਾ ਛੱਡੋ YouTube ਤੇ ਕੈਨੇਡਾ ਦੀ ਵੈਬਸਾਈਟ ਤੇ ਇਮੀਗ੍ਰੇਸ਼ਨ ਦੀ ਖੁਦ ਜਾਓ ਰਿਸਰਚ ਕਰੋ ਕੀ ਸਹੀ ਹੈ ਕੀ ਗਲਤ ਹੈ ਜ਼ਰੂਰ ਉਸ ਨੂੰ ਪੜੋ ਔਰ ਫਿਰ ਤੁਸੀਂ ਅੱਗੇ ਆਪਣਾ ਫਾਈਲ ਨੂੰ ਪ੍ਰਸੀਡ ਕਰੋ ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੋਵੇ ਕੋਈ ਗਾਈਡੈਂਸ ਦੀ ਲੋੜ ਹੋਵੇ ਤੁਸੀਂ ਕਦੀ ਵੀ ਮੈਨੂੰ ਕਾਲ ਕਰ ਸਕਦੇ ਹੋ 7973160270